ਤਸਵੀਰਾਂ ਤੁਸੀਂ ਵੇਖ ਰਹੇ ਹੋ ਲੜਾਈ ਦੀਆਂ, ਇਹ ਤਸਵੀਰਾਂ ਕਿਸੇ ਫਿਲਮ ਸ਼ੂਟਿੰਗ ਦੀਆਂ ਨਹੀਂ, ਇਹ ਤਸਵੀਰਾਂ ਨਾਭਾ ਦੀ ਜੈਮਾਲ ਸਿੰਘ ਕਲੋਨੀ ਦੀਆਂ ਨੇ, ਜਿੱਥੇ ਖੂਬ ਲਾਠੀਆਂ ਡੰਡੇ ਚੱਲੇ ਅਤੇ ਇਹ ਸਾਰੀ ਘਟਨਾ ਗਲੀ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀ ਹੈ। ਇਸ ਵਾਰਦਾਤ ਦੇ ਦੌਰਾਨ ਇੱਕ ਕੁੜੀ ਜ਼ਖਮੀ ਹੋ ਗਈ ਅਤੇ ਉਸਦੀ ਬਾਂਹ 'ਤੇ 14 ਟਾਂਕੇ ਲੱਗੇ ਨੇ, ਜੋ ਕਿ ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਹਮਲੇ ਦੌਰਾਨ ਜ਼ਖਮੀ ਹੋਈ ਕੁੜੀ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਹ ਸਾਰੀ ਵਾਰਦਾਤ ਇੱਕ ਤਾਂਤਰਿਕ ਦੇ ਕਹਿਣ ਤੇ ਹੋਈ ਹੈ, ਕਿਉਂਕਿ ਉਹ ਆਪਣੀ ਸਹੇਲੀ ਦੇ ਘਰ ਗਈ ਸੀ ਪਰ ਉਸਦੀ ਸਹੇਲੀ ਦੇ ਘਰ ਦੇ ਵਿੱਚੋਂ 40,000 ਰੁਪਏ ਗਾਇਬ ਹੋ ਗਏ ਸਨ, ਜਿਸ ਕਾਰਨ ਉਸਦੀ ਸਹੇਲੀ ਦੇ ਪਰਿਵਾਰ ਨੇ ਚੋਰੀ ਦਾ ਇਲਜ਼ਾਮ ਉਸਦੇ ਸਿਰ ਤੇ ਮੜ ਦਿੱਤਾ, ਕਿਉਂਕਿ ਉਹ ਇੱਕ ਤਾਂਤਰਿਕ ਕੋਲ ਜਾ ਕੇ ਆਏ ਤੇ ਉਸ ਤਾਂਤਰਿਕ ਨੇ ਉਸ ਉੱਤੇ ਹੀ ਚੋਰੀ ਦੇ ਇਲਜ਼ਾਮ ਲਗਾਏ। ਬਸ ਫਿਰ ਕੀ ਸੀ, ਲਾਠੀਆਂ ਡੰਡੇ ਲੈ ਕੇ ਦਰਜਨਾਂ ਮੁੰਡੇ ਆਏ ਅਤੇ ਉਹਨਾਂ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਫਿਲਹਾਲ ਇਹ ਸਾਰੀ ਵਾਰਦਾਤ ਸੀਸੀਟੀਵੀ 'ਚ ਰਿਕਾਰਡ ਹੋ ਗਈ ਹੈ, ਜਿਸਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਕੁੜੀ ਅਤੇ ਉਸਦਾ ਪਰਿਵਾਰ ਆਪਣੀ ਜਾਨ ਬਚਾਉਂਦਾ ਨਜ਼ਰ ਆ ਰਿਹਾ। ਇਸ ਦੌਰਾਨ ਮੁੰਡੇ ਦਾ ਮੁੰਡੇ, ਮਹਿਲਾਵਾਂ ਵੀ ਇੱਟਾਂ ਪੱਥਰ ਚਲਾਉਂਦੀਆਂ ਹੋਈਆਂ ਨਜ਼ਰ ਆਈਆਂ ਨੇ। ਇਸ ਵਾਰਦਾਤ ਦੇ ਦੌਰਾਨ ਵਰਖਾ ਨਾਮ ਦੀ ਕੁੜੀ ਜ਼ਖਮੀ ਹੋ ਜਾਂਦੀ ਹੈ। ਇਸ ਮੌਕੇ ਵਰਖਾ ਨੇ ਦੱਸਿਆ ਕਿ ਉਹ ਤੇ ਉਸਦੀ ਸਹੇਲੀ ਪਿਛਲੇ 3 ਸਾਲ ਤੋਂ ਇਕੱਠੀਆਂ ਹੀ ਇੱਕੋ ਸਕੂਲ ਦੇ ਵਿੱਚ ਪੜ੍ਹਦੀਆਂ ਆ ਰਹੀਆਂ ਨੇ, ਪਰ ਉਸ ਉੱਤੇ ਵੱਡੇ ਇਲਜ਼ਾਮ ਲੱਗੇ ਨੇ ਅਤੇ ਉਸਦੀ ਕੁੱਟਮਾਰ ਹੋਈ ਹੈ। ਇਸ ਲਈ ਉਸਨੇ ਹੁਣ ਇਨਸਾਫ ਦੀ ਗੁਹਾਰ ਲਗਾਈ ਹੈ। ਉੱਥੇ ਪੁਲਿਸ ਨੇ ਕੁੜੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਤੇ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਕਾਰਵਾਈ ਵੀ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਝੂਠਾ ਇਲਜ਼ਾਮ ਲਾਤਾ ਵੀ ਤੁਸੀਂ ਸਾਡੇ ਘਰੋਂ 40,000 ਰੁਪਏ ਚੱਕ ਕੇ ਲੈ ਗਏ। ਹਾਂਜੀ, ਫਿਰ ਨਾ ਮੈਂ ਇਹਨਾਂ ਦੇ ਘਰੇ 2 ਮਿੰਟ ਗਈ ਸੀ, ਫਿਰ ਨਾਲ ਦੀ ਨਾਲ ਵਾਪਸ ਆ ਗਈ ਸੀ। ਇਹਨਾਂ ਨੇ ਨਾ ਕਿਸੇ ਸਿਆਣੇ ਨੂੰ ਦਿਖਾਇਆ ਵੀ ਹਨਾ ਵੀ ਤੁਮ ਸਾਡੇ ਘਰੋਂ 40,000 ਚੱਕ ਕੇ ਲੈ ਗਈ, ਤੇ ਉਸ ਤੋਂ ਬਾਅਦ ਹਨਾ ਇਹ ਮਤਲਬ ਕੁੱਟਣ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ, ਤਲਵਾਰਾਂ ਲੈ ਕੇ ਆ ਗਏ ਸੀ ਵੀ ਸਾਡੇ 40,000 ਰੁਪਇਆ ਵਾਪਸ ਕਰ ਦਿਓ। ਫਰੈਂਡ ਸੀ ਮੇਰੀ, 3 ਸਾਲ ਤੋਂ ਨਾਲ ਰਹਿ ਰਹੀ ਸੀ। ਹਾਂਜੀ, ਗਰਲ ਸਕੂਲ 'ਚ ਇਲਜ਼ਾਮ ਕਿਹਨੇ ਲਾਇਆ? ਉਹਨਾਂ ਦੇ ਘਰਦਿਆਂ ਨੇ। ਪਹਿਲਾਂ ਤੁਹਾਨੂੰ ਪੁੱਛਿਆ? ਹਾਂਜੀ, ਪਹਿਲਾਂ ਮਤਲਬ ਪੁੱਛਿਆ ਵੀ ਅਸੀਂ ਮਨਾ ਕਰਤਾ, ਫਿਰ ਨਾ ਉਹ ਕਹਿੰਦੇ ਸੀ ਤੂੰ ਸਰ ਤੇਰੀ ਫੋਟੋ ਆਈ ਆ ਗਈ ਸ਼ੀਸ਼ੇ 'ਚ, ਅਸੀਂ ਸਿਆਣੇ ਨੂੰ ਦਿਖਾਇਆ ਸੀ ਤੇ ਹਨਾ ਉਹਨਾਂ ਨੇ ਕਾਫੀ ਇਲਜ਼ਾਮ ਲਾ ਤੇ ਬਹੁਤ ਕਿਰਪਾਨਾ ਚੱਲੀਆਂ ਕੱਲ ਨੂੰ ਹਨਾ, ਬਹੁਤ ਲੜਾਈ ਹੋਈ। ਕਿੰਨੇ ਜਣੇ ਆਏ ਸੀ? ਇਹਨਾਂ ਨੇ 20-25 ਮੁੰਡੇ ਬੁਲਾ ਲਏ, ਮੇਰੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ, ਨਾਲੇ ਹਨਾ ਮੇਰੇ ਕਿਰਪਾਨ ਮਾਰੀ ਹੱਥ ਤੇ। ਸਿੱਬੂ 40 ਨੰਬਰ ਫਾਟਕ, ਸੂਰਜ ਹਨਾ, ਸੂਰਜ, ਜੀਤਾ, ਕਿਟੀ, ਜੀਤਾ ਮੇਨ ਆ ਜੀ। 14 ਟਾਂਕੇ ਲੱਗੇ ਨੇ ਜੀ। ਸਰ ਇਹਨਾਂ ਨੇ ਸਾਡੇ ਤੇ ਝੂਠਾ ਇਲਜ਼ਾਮ ਲਾਇਆ ਵੀ 40,000 ਰੁਪਇਆ ਵੀ ਮੇਰੀ ਭੈਣ ਨੇ ਮਤਲਬ ਚੱਕ ਲਿਆ ਜੀ, ਜੋ ਕਿ ਇਹਨੇ ਚੱਕਿਆ ਨੀ। ਇਹ ਉਹ ਕਹਿੰਦੇ ਨੇ ਵੀ ਅਸੀਂ ਸਿਆਣਿਆਂ ਨੂੰ ਦਿਖਾਇਆ। ਸਰ ਅਸੀਂ ਕਿਹਾ ਵੀ ਤੁਸੀਂ ਸਿਆਣਿਆਂ ਨੂੰ ਦਿਖਾਇਆ, ਠੀਕ ਹੈ ਵੀ ਸਾਨੂੰ ਵੀ ਤਾਂ ਦਿਖਾਓ ਸਿਆਣਿਆਂ ਨੂੰ ਕਿਹੜਾ ਸਿਆਣਾ ਸਾਨੂੰ ਮਿਲਿਆ ਉਹ, ਤੇ ਸਰ ਇਹਨਾਂ ਨੇ ਮਿਲਿਆ ਜਾ ਨੀਗਾ ਜੀ। ਇਹਨਾਂ ਨੇ ਸਾਨੂੰ ਧਮਕੀ ਦਿੱਤੀ ਵੀ ਤੁਸੀਂ ਸਾਨੂੰ 40,000 ਦੇ ਦਿਓ, ਅਸੀਂ ਕਿਸੇ ਨਾਲ ਗੱਲ ਵੀ ਨਹੀਂ ਕਰਦੇ, ਵੀ ਸਾਨੂੰ ਚੁੱਪ ਚਪੀਤੇ ਸਾਨੂੰ 40,000 ਰੁਪਇਆ ਦੇ ਦਿਓ। ਤੇ ਸਰ ਜਿੱਦਣ ਮਤਲਬ ਇਹ ਗੱਲ ਹੋਈ ਆ ਉਸ ਤੋਂ 1 ਦਿਨ ਬਾਅਦ ਮੈਂ ਇਹਨਾਂ ਨੂੰ ਬੁਲਾਇਆ, ਕਹਿੰਦੇ ਵੀ ਸਾਨੂੰ 40,000 ਰੁਪਇਆ ਦੇ ਦਿਓ। ਮੈਂ ਜੀ ਚਲੋ ਘਰੇ ਆ ਜਾਓ ਤੁਸੀਂ, ਆਪਾਂ ਬਹਿ ਕੇ ਗੱਲ ਕਰਦੇ ਹਾਂ। ਤੇ ਸਾਡੇ ਮੇਰੀ ਭੈਣ ਦੇ ਲੱਤਾਂ ਮਾਰੀਆਂ ਇਹਨਾਂ ਨੇ, ਠੀਕ ਹੈ ਜੀ, ਚੁੰਨੀ ਪਾੜਤੀ, ਮਤਲਬ ਐਂ ਬਾਹਰ ਆ ਗਏ ਸਰ। ਸਾਰੀ ਜਿਹੜੀ ਇਹ ਵਾਰਦਾਤ ਹੈ ਸਰ ਇਹ ਕੈਮਰੇ 'ਚ ਰਿਕਾਰਡ ਹੈ ਜੀ, ਸਾਡੇ ਕੈਮਰੇ ਲੱਗੇ ਹੋਏ ਨੇ ਜੀ, ਉਹਦੇ 'ਚ ਸਾਰਾ ਰਿਕਾਰਡ ਹੈ ਜੀ। ਕਿੰਨੇ ਜਣੇ ਸੀ ਜਿਹੜੇ ਹਮਲਾ? ਸਰ ਹਮਲਾ ਜੀ ਅਸੀਂ ਪੂਰੀ ਉਹ ਤਾਂ ਹੈ ਨਹੀਂ ਕਿ ਵੀ ਮੰਨ ਕੇ ਚੱਲੋ ਤੁਸੀਂ 25 ਤੋਂ 26 ਜਣੇ ਹੈਗੇ ਸੀਗੇ ਸਰ। ਸਰ ਹਥਿਆਰ ਜੀ, ਕਿਰਪਾਨਾ,
ਠੀਕ ਹੈ ਜੀ, ਆਹ ਚਾਕੂ ਦੰਦੇ ਮਤਲਬ ਸਾਰਾ ਵਿੱਚੇ ਡੰਡੇ ਉੰਡੇ ਸਾਰਾ ਕੁਛ ਸੀਗਾ ਜੀ। ਇੱਟਾਂ ਵੀ ਮਾਰੀਆਂ ਨੇ ਸਰ। ਨੁਕਸਾਨ ਸਰ, ਇੱਕ ਤਾਂ ਜੀ ਦੇਖੋ ਸਾਡੇ ਘਰ ਦਾ ਗੇਟ ਭੰਨ ਗਏ, ਠੀਕ ਹੈ ਜੀ, ਅਸੀਂ ਹੈ ਨਹੀਂ ਸੀਗੇ ਮੌਕੇ 'ਤੇ, ਅਸੀਂ ਬੰਦ ਕਰਕੇ ਇੱਥੇ ਆਏ ਹੋਏ ਸੀਗੇ, ਅਤੇ ਸਰ ਮੇਰੀ ਸਕੂਟਰੀ ਹੈ ਜਿਹੜੀ 100,000 ਰੁਪਏ ਵਾਲੀ ਸਕੂਟਰੀ ਹੈ ਭੰਨ ਗਏ ਜੀ, ਠੀਕ ਹੈ ਜੀ, ਮੈਂ ਹੁਣੇ ਨਵੀਂ ਲੈਤੀ ਸੀ ਥੋੜ੍ਹਾ ਟਾਈਮ ਪਹਿਲਾਂ, ਠੀਕ ਹੈ ਸਰ। ਆ ਬਾਕੀ ਸਰ ਜਿਹੜੇ ਕੱਪੜੇ ਕੁੱਪੜੇ ਪਾੜ ਗਏ, ਠੀਕ ਹੈ ਜੀ, ਭੈਣਾਂ ਨੂੰ ਬਲੀਤ ਕਰ ਗਏ ਜੀ, ਆਹ ਮੇਰੀ ਭੈਣ ਦੀ ਸਾਰੀ ਚੁੰਨੀ ਚੰਨੀ ਇਹਨਾਂ ਨੇ ਪਾੜੀ ਹੈ ਜੀ। ਸਰ ਇਹਨਾਂ ਨੇ ਹੱਥ 'ਚ ਮਾਰੀ ਹੈ ਤਲਵਾਰ, ਜਿਹੜਾ ਸਿਕੰਦਰ ਸਰ, ਜਿਹੜਾ ਸਿਕੰਦਰ ਹੈ ਇਹਨਾਂ ਦੇ ਘਰ ਦਾ, ਜਿਹੜਾ ਫਾਦਰ ਸਾਹਿਬ ਨੇ ਉਹਨਾਂ ਦੇ, ਅਤੇ ਸਰ ਉਹਨੇ ਜੀ ਮਤਲਬ ਉਹ ਖੋ ਕੇ ਇਹਦੇ ਲੜਾਈ ਝਗੜੇ ਕਰਦੇ ਕਰਦੇ ਇਹਨੂੰ ਸਾਈਡ 'ਤੇ ਲੈ ਗਏ, ਅਤੇ ਉੱਥੋਂ ਇਹ ਕਿਰਪਾਨ ਮਾਰੀ ਸਾਡੀ ਕੁੜੀ ਦੇ, ਐਂ ਨਹੀਂ ਪਤਾ ਲੱਗਿਆ ਵੀ ਸਰ ਕਿਹਨੇ ਮਾਰੀ ਹੈ। ਜੀਤੇ ਦੇ ਹੱਥ 'ਚ ਕਿਰਪਾਨ ਸੀਗੀ ਪਰ ਉਸ ਟਾਈਮ ਸਰ, 14 ਨੇ ਜੀ, 14 ਟਾਂਕੇ ਲੱਗੇ ਨੇ। ਸਰ ਮੰਗ ਤਾਂ ਅਸੀਂ ਕਰਦੇ ਵੀ ਇਹ ਸਰ ਇਹਨਾਂ ਨੇ ਨਾ ਜੀ ਸਾਨੂੰ ਐਂ ਧਮਕੀ ਦਿੱਤੀ ਵੀ ਅਸੀਂ ਤੁਹਾਨੂੰ ਜਿਉਂ ਨਹੀਂ ਦਿੰਦੇ, ਤੁਹਾਨੂੰ ਮਕਾਨ ਬੁਕੇ ਆਵਾਂਗੇ ਉਰੋਂ, ਅਤੇ ਸਰ ਇਹੀ ਮੰਗ ਕਰਦੇ ਵੀ ਸਾਨੂੰ ਇਨਸਾਫ ਮਿਲੇ ਜੀ। ਇਹਨਾਂ ਦੇ ਲੜਾਈ ਝਗੜਾ ਹੋਣ ਸੰਬੰਧੀ ਸਿਵਲ ਹਸਪਤਾਲ ਨਾਭਾ ਤੋਂ ਇਨਫੋਰਮੇਸ਼ਨ ਮਿਲੀ ਸੀ, ਦੋਨੋਂ ਪਾਰਟੀਆਂ ਦਾਖਲ ਨੇ ਅਤੇ ਦੋਨਾਂ ਦੀ ਸੱਟਾਂ ਲੱਗੀਆਂ ਨੇ, ਅਤੇ ਉਹਨਾਂ ਦੀ ਸਟੇਟਮੈਂਟ ਲਿਖ ਲਈ ਹੈ, ਅਤੇ ਸਟੇਟਮੈਂਟ ਲਿਖ ਕੇ ਮੌਕੇ 'ਤੇ ਜਾ ਕੇ ਪੜਤਾਲ ਕਰਕੇ ਅਤੇ ਜੋ ਬਣਦੀ ਕਾਰਵਾਈ ਹੋਊਗੀ ਉਹ ਕੀਤੀ ਜਾਵੇ। ਐਲੀਗੇਸ਼ਨ ਇਹਨਾਂ ਦਾ ਇਹ ਕੋਈ 40,000 ਰੁਪਏ ਦਾ, ਕੋਈ 20 ਤਰੀਕ ਦਾ, ਕੋਈ 40,000 ਰੁਪਏ ਦਾ ਰੌਲਾ ਹੈ, ਅਤੇ ਜਿਹੜਾ ਸਿਕੰਦਰ ਪਾਰਟੀ ਹੈ ਦੂਜੀ ਪਾਰਟੀ ਨੂੰ ਇਲਜ਼ਾਮ ਲਾ ਰਹੇ ਨੇ ਵੀ 40,000 ਰੁਪਇਆ ਲੜਕੀ ਚੁੱਕ ਕੇ ਲੈ ਗਈ, ਬਸ ਉਹਦੇ ਸੰਬੰਧੀ ਇਹਨਾਂ ਦੇ ਮਤਲਬ ਕਿ ਆਪਸ 'ਚ ਤਕਰਾਰਬਾਜ਼ੀ ਹੋ ਗਈ ਅਤੇ ਲੜਾਈ ਝਗੜਾ ਹੋ ਗਿਆ। ਉਹ 40,000 ਰੁਪਏ ਦਾ ਵੀ ਆਪਾਂ ਨੇ ਮਤਲਬ ਕਿ ਪੜਤਾਲ ਕਰਨੀ ਹੈ ਵੀ ਕੀ ਸੀਗਾ ਉਹ, ਅਤੇ ਉਹ ਤੋਂ ਬਾਅਦ ਜੋ ਬਣਦੀ ਕਾਰਵਾਈ ਅਮਲ 'ਚ ਲੈਂਦੀ। ਸੀਸੀਟੀਵੀ ਕੈਮਰੇ 'ਚ ਆਏ ਨੇ ਦੋਨਾਂ ਪਾਰਟੀਆਂ ਦਾ ਲੜਾਈ ਝਗੜਾ ਹੋਇਆ ਇਹਨਾਂ ਦਾ, ਪਰ ਉੱਧਰੋਂ ਸੋਨੀਆ ਜਿਹੜਾ ਇੱਕ ਪਾਸਿਓਂ ਵਰਸਾ ਮਿਸਰਾ ਦੇ ਸੱਟ ਲੱਗਿਆ, ਦੋਨੋਂ ਪਾਰਟੀਆਂ ਦਾਖਲ ਨੇ ਅਤੇ ਪੜਤਾਲ ਕਰਕੇ ਜੋ ਤੱਥ ਸਾਹਮਣੇ ਉਹਦੇ ਮੁਤਾਬਕ ਕਾਰਵਾਈ ਕੀਤੀ। ਵਰਸਾ ਮਿਸਰਾ ਜਿਵੇਂ ਘਰ ਦੇ ਵਿੱਚ ਜਿਵੇਂ ਤਲਵਾਰਾਂ ਲੈ ਕੇ ਹਮਲਾ ਕਰ ਰਹੇ ਨੇ ਅਤੇ ਹੋਰ ਵੀ ਨੁਕਸਾਨ ਕੀਤੇ, ਗੇਟ 'ਤੇ ਮਾਰੀਆਂ ਨੇ ਤਲਵਾਰਾਂ, ਅਤੇ ਇੱਕ ਸਕੂਟਰੀ ਖੜ੍ਹੀ ਸੀਗੀ ਐਕਟੀਵਾ ਉਹਦੇ 'ਤੇ ਮਤਲਬ ਕਿ ਉਹਦਾ ਕਾਫੀ ਐਕਟੀਵਾ ਦਾ ਕਾਫੀ ਨੁਕਸਾਨ ਕਰਤਾ, ਤਾਂ ਮਤਲਬ ਕਿ ਜਦੋਂ ਤੱਥ ਕੋਈ ਸਾਹਮਣੇ ਆਇਆ ਤਾਂ ਉਹਦੇ ਮੁਤਾਬਕ ਬਣਦੀ ਕਾਰਵਾਈ ਕੀਤੀ।